ਹੇਲ ਨਜੂਮ ਸੱਦੇ ਉਸ ਵੇਲੇ ਹਿਫਜ਼ ਤਰੇ ਤਜਬਾਨੀ ਸਾਹਿਬ ਯਮਨ ਕਰਾਮਤ ਵਾਲੇ ਖਬਰ ਦੇਣ ਅਸਮਾਨੀ ਵੇਖਣ ਉਮਰ ਨਸੀਬ ਸਸੀ ਦੇ ਖੋਲ ਕਲਾਮ ਰਬਾਨੀ ਹਾ ਸ਼ੰਪਾਰਸ ਸੀਸਰ ਡਾਡਾ ਦੱਸ ਦੇ ਭੇਤ ਨਿਹਾਨੀ ਦੇਖ ਕਿਤਾਬ ਨਜੂਮ ਨਝੂਮੀ ਹੋਏ ਰਹੇ ਜੋ ਪਸਾਰੇ ਜ਼ਾਲਮ ਹੁਕਮ ਸਹਿਵ ਸੁਲਤਾਨਾ ਕੌਣ ਕੋਈ ਦਮ ਮਾਰੇ ਬਾਦਸ਼ਾਹ ਸੱਚ ਆਖਣ ਔਖਾ ਹੋਏ ਲਚਾਰ ਵਿਚਾਰੇ ਹਾਸ਼ਮ ਬਖਤ ਬਖੀਲ ਸਸੀ ਦੇ ਕੌਣ ਜیتے ਕੌਣ ਹਾਰੇ ਸ਼ਾ ਦਰਬਾਰ ਕੇ ਹਾਂ ਚੁਪ ਕੇ ਹੀ ਕਹੋ ਜਵਾਬ ਕੀ ਆਵੇ ਅਰਜ਼ ਕੀਤੀ ਦਰਬਾਰ ਅਸਾਂ ਥੀ ਸੁਖਨ ਕਲਾਮ ਨਾ ਆਵੇ ਰਾਜ ਜਵਾਨ ਨਾ ਆਖਣ ਜੋਗੀ ਝੂਠੇ ਮਾਨ ਜੜਾਵੇ ਆਸ਼ਮ ਕਰਨ ਲੋਕਾਬ ਥੇਰਾ ਕਿਸਮਦ ਕੌਣ ਮਿਟਾਵੇ ਓੜਕ ਖਾਫ ਤਾਰਨ ਝੂਮੀ ਬਾਤ ਕਹੀ ਮਨ ਪਾਣੀ ਆਸ਼ਿਕ ਹੋਗ ਕਮਾਲ ਸਸੀ ਜਦ ਹੋਗ ਜਵਾਨ ਸਿਆਣੀ ਮਸਤ बेहੋਸ਼ ਥੜਾਂ ਵਿੱਚ ਮਰਸੀ ਦਰਦ ਫਿਰਾ ਕਰ ਝਾਣੀ ਆਸ਼ਮ ਦਾਗ ਲਗਾਉ ਕੁੱਲ ਨੂੰ ਰੋਗ ਜਹਾਨ ਕਹਾਣੀ ਸੁਣ ਤਕ ਦੀਰ ਹੋਏ ਦਿਲ ਬਿਰੀਆਂ ਮਾਂ ਪਿਓ ਖੇਸ ਕਬੀਲਾ ਆਤਿਸ਼ ਚਮਕ ਉਠੀ ਹਰ ਦਿਲ ਨੂੰ ਜਿਉਂ ਕਰ ਤੇਲ ਫਤੀਲਾ ਖੁਸ਼ੀ ਖਰਾਬ ਹੋਈ ਵਿੱਚ ਗਮ ਦੇ ਜ਼ਰਦ ਹੋਇਆ ਰੰਗ ਪੀਲਾ ਹਾਸੰ ਬੈਠ ਦਨਾਓ ਸਿਆਣੇ ਹੋਰ ਵਿਚਾਰਨ ਹੀਲਾ ਬੇਤਵਾਰ ਹੋਇਆ ਹੱਥ ਤੋਤੇ ਬਾਪੋ ਮੈਂਦ ਮੁਰਾਦੋਂ ਜ਼ਾਲਮ ਰੂਪ ਹੋਇਆ ਦੇ ਲੋਸਦਾ ਸਖਤ ਸਿਆ ਜਲਾਦੋਂ ਨੰਗ ਨਮੋਸ ਕੀ ਹਾਸ ਨ ਹੋਵੇ ਇਸ ਪਲੀ ਤੋਂ ਲਾਦੋਂ ਹਾਸ਼ਮ ਖਰਚ ਕਰੋ ਫਰਮਾਇਆ ਫਾਰਗ ਹੋ ਫਸਾਦੋਂ ਕਿਹਾ ਵਜ਼ੀਰ ਕੀ ਦੋਸ਼ ਸਸੀ ਨੂੰ ਲਿਖਿਆ ਲੇਖ ਲਿਖਾਰੀ ਬੇਤਕਸੀਰ ਕਹਾਉਣ ਕੰਨਿਆ ਨਸ਼ਟ ਹੋਵੇ ਕੁਲ ਸਾਰੀ ਇਸ ਤੀ ਪਾਪ ਨਾ ਹੋਰ ਪਰੇਰੇ ਕਾਮ ਹੋਵੇ ਹਤਿਆਰੀ ਹਾਜ ਸੰਪਾਇਏ ਸੰਦੂ ਕਰੋੜਾਓ ਦੂਰ ਹੋਵੇ ਜਗ ਖੁਆਰੀ ਫਰਸ਼ ਜਿਮੀ ਪਰ ਹਰੇਕ ਤਾਈ ਮਾਂ ਪਿਓ ਬਹੁਤ ਪਿਆਰਾ ਸੋ ਫਿਰ ਆਪ ਰੜਾਵਣ ਤਿਸ ਨੂੰ ਵੇਗੁ ਨਾਨਿਕਾਰਾ ਧਨੋ ਸਾਹਿਬ ਸਿਰਜਣਹਾਰਾ ਐਬ ਛਪਾਵਣਹਾਰਾ ਹਾਜ ਮਝੇ ਉਹ ਕਰੇ ਅਦਾਲਤ ਕੌਣ ਕਰੇ ਨਿਸਤਾਰਾ ਵਾ ਕਲਾ ਮਨ ਸীব ਸਸੀ ਦਾ ਨਾਉ ਲਿਆ ਦਿਲ ਡਰਦਾ ਤਖਤੋਂ ਚਾਹੇ ਸੁਟੇ ਸੁਲਤਾਨ ਖੈਰ ਮੰਗਣ ਦਰ ਧਰਦਾ ਬਹਿਲ ਗਰੀਬ ਨਕਾਬਲ ਜੇਹਾ ਚਾਹੇ ਜਮੀ ਸਿਰ ਧਰਦਾ ਹਾ ਸ਼ਮਜਾ ਨਾ ਬੋਲਣ ਵਾਲੀ ਜੋ ਚਾਹੇ ਸੋ ਕਰਦਾ ਜਿਸ ਉਸਤਾਦ ਸੰਦੋਖ ਸਸੀ ਦਾ ਘੜਿਆ ਨਾਲ ਮਿਹਰ ਦੇ ਹਫਲਾ ਤੂੰ ਨਰਸ ਤੂ ਜੇ ਹੁਣ ਸ਼ਗਿਰਦ ਹੁਨਰ ਦੇ ਜੀਨਤ ਜੇਵ ਸਿਖਣ ਸਭ ਉਸ ਥੀ ਦਿਲਬਰ ਚੀਨ ਮਿਸਰ ਦੇ ਹਾਸ਼ਮ ਵੇਖ ਰਾਇਸ਼ ਕਰਦਾ ਸ਼ਾਬਾਸ਼ ਅਗਲ ਫਿਕਰ ਦੇ